ਪੰਜਾਬੀ ਏਕ ਤੇ ਜਾਂ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿਤਨਵੇਂ ਵੱਡੇ ਫੈਸਲੇ ਲਏ ਜਾਂਦੇ ਹਨ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ੍ਹ ਨੂੰ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ। ਕੈਬਨਿਟ ਦੀ ਇਹ ਬੈਠਕ ਕੱਲ੍ਹ ਨੂੰ ਸਵੇਰੇ 11 ਵਜੇ ਕਮੇਟੀ ਕਮਰਾ 2 ਮੰਜ਼ਿਲ ਪੰਜਾਬ ਸਿਵਲ ਸਕੱਤਰੇਤ 1 ਚੰਡੀਗੜ੍ਹ ਵਿਖੇ ਹੋਵੇਗੀ ਤੇ ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਕਿਆਸ ਲਗਾਏ ਜਾ ਰਹੇ ਹਨ ਕਿ ਕੱਲ੍ਹ ਨੂੰ ਹੋਣ ਵਾਲੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਹਨ। ਮੁੱਖ ਮੰਤਰੀ ਵੱਲੋਂ ਪੰਜਾਬ ਕੈਬਨਿਟ ਦਾ ਵਿਸਤਾਰ ਵੀ ਕੀਤਾ ਜਾ ਚੁੱਕਾ ਹੈ ਅਤੇ ਹਰੇਕ ਮੰਤਰੀ ਵੱਲੋਂ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਕੈਬਨਿਟ ਦੀ ਮੀਟਿੰਗ ਵਿੱਚ ਕੁਝ ਅਹਿਮ ਫੈਸਲਿਆਂ ਤੇ ਮੋਹਰ ਲਗਾ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਿਹਤ ਪ੍ਰਣਾਲੀ ਵਿੱਚ ਫੈਲੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਅਤੇ ਪੰਜਾਬ ਦੇ ਪ੍ਰਾਇਮਰੀ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਸੂਬੇ ਭਰ ਵਿੱਚ 15 ਅਗਸਤ ਨੂੰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਕਿਸੇ ਨੂੰ ਮੁਫ਼ਤ ਅਤੇ ਚੰਗਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇੱਕ ਹੋਰ ਵੱਡੀ ਚੋਣ ਗਰੰਟੀ ਨੂੰ ਪੂਰਾ ਕਰਦਿਆਂ ਅਤੇ ਪੰਜਾਬ ਦੀ ਖਰਾਬ ਸਿਹਤ ਪ੍ਰਣਾਲੀ ਨੂੰ ਸੁਧਾਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 15 ਅਗਸਤ ਨੂੰ ਆਜ਼ਾਦੀ ਦੇ 75ਵੇਂ ਵਰੇਗੰਢ ਮੌਕੇ 75 ਆਮ ਆਦਮੀ ਕਲੀਨਿਕ ਪੰਜਾਬ ਦੀ ਜਨਤਾ ਨੂੰ ਸਪੁਰਦ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਸਖ਼ਤ ਕਦਮ ਚੁੱਕ ਰਹੀ ਹੈ। ਸਰਕਾਰ ਨੇ ਆਪਣੇ ਹੀ ਮੰਤਰੀ ਨੂੰ ਬਰਖਾਸਤ ਕਰਕੇ ਭ੍ਰਿਸ਼ਟਾਚਾਰ ਖਿਲਾਫ ਸਖ਼ਤ ਐਕਸ਼ਨ ਦੇ ਸੰਕੇਤ ਦਿੱਤੇ ਸੀ। ਇਸ ਦਾ ਅਸਰ ਹੁਣ ਅਫਸਰਸ਼ਾਹੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਵਿਜੀਲੈਂਸ ਨੇ ਬੇਹੱਦ ਫੁਰਤੀ ਵਿਖਾਉਂਦੇ ਹੋਏ ਬਰਖਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਖਿਲਾਫ਼ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਅਹਿਮ ਗੱਲ ਇਹ ਹੈ ਕਿ ਵਿਜੀਲੈਂਸ ਨੇ 2 ਮਹੀਨੇ ਅੰਦਰ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਦੱਸ ਦੇ ਕਿ ਸਿੰਗਲਾ ਨੂੰ 2 ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਖਾਸਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਮੁਸਤੈਦੀ ਦਿਖਾਉਂਦੇ ਹੋਏ ਇਹ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦਿਆਂ ਐਡਵੋਕੇਟ ਜਨਰਲ ਬਦਲ ਦਿੱਤਾ ਗਿਆ ਹੈ। ਹੁਣ ਸੀਨੀਅਰ ਐਡਵੋਕੇਟ ਵਿਨੋਦ ਕਈ ਪੰਜਾਬ ਸਰਕਾਰ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ। ਜਾਣਕਾਰੀ ਮੁਤਾਬਿਕ ਭਗਵੰਤ ਮਾਨ ਸਰਕਾਰ ਨੇ ਤਤਕਾਲੀ ਐਡਵੋਕੇਟ ਅਨਮੋਲ ਰਤਨ ਸਿੱਧੂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਨੀਅਰ ਵਕੀਲ ਅਨਮੋਲ ਰਤਨ ਸਿੱਧੂ ਸਾਡੀ ਟੀਮ ਦਾ ਹਿੱਸਾ ਹਨ। ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਕਾਨੂੰਨੀ ਜਾਣਕਾਰੀ ਦਾ ਅਸੀਂ ਉਹਨਾਂ ਦੀ ਮਦਦ ਲੈਂਦੇ ਰਹਾਂਗੇ। ਉਹਨਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਮੈਂ ਖੁਦ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਰੋਕਿਆ ਜਾ ਸਕੇ, ਪਰ ਉਹਨਾਂ ਨੇ ਕਿਹਾ ਕਿ ਮੇਰਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ। ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਕਤਲਕਾਂਡ ਦਾ ਆਖਰੀ ਸ਼ੂਟਰ ਦੋਸ਼ੀ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਵਿੱਚ ਐਂਟੀ ਗੁੰਡਾ ਟਾਸਕ ਫੋਰਸ ਅਤੇ ਐਸਟੀਐਫ ਦੀ ਕਾਫੀ ਹਲਚਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਸਾਂਝੇ ਆਪਰੇਸ਼ਨ 'ਚ ਮੁੰਡੀ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ, ਪਰ ਸੀਨੀਅਰ ਅਧਿਕਾਰੀ ਅਜੇ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਇੱਕ ਮੁਲਾਜ਼ਮਾਂ ਦੀ ਬੜੀ ਘਾਟ ਮਹਿਕਮੇ 'ਚ ਨਜ਼ਰ ਆ ਰਹੀ। ਦੇਖੋ, ਅਸੀਂ ਮੁਲਾਜ਼ਮਾਂ ਦੀ ਜਿੱਥੋਂ ਤੱਕ ਘਾਟ ਦਾ ਸੰਬੰਧ ਆ, ਅਸੀਂ ਨਵੀਂ ਭਰਤੀ ਜਿਹੜੀ ਆ ਉਹ ਕਰ ਰਹੇ ਹਾਂ, ਔਰ ਉਹ ਭਰਤੀ ਦੇ ਵਿੱਚ ਸਾਡੀ ਮੁਲਾਜ਼ਮਾਂ ਦੀ ਘਾਟ ਜਿਹੜੀ ਆ ਉਹ ਖਤਮ ਹੋ ਜਾਏਗੀ। ਅਸੀਂ ਪੂਰੇ ਮੁਲਾਜ਼ਮ ਭਰਤੀ ਕਰ ਰਹੇ ਹਾਂ। ਲੋਸਸ ਬਹੁਤ ਨੇ ਕੁੰਡੀ ਕਨੈਕਸ਼ਨ, ਜੇ ਪਿਛਲੇ 4 ਮਹੀਨੇ ਦੇ ਵਿੱਚ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਆ ਉਹ ਲੋਕਾਂ ਨੂੰ ਜਾਗਰੂਕ ਵੀ ਕੀਤਾ। ਹੁਣ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਦੇਖੋ, ਅਸੀਂ ਵਚਨਬੱਧ ਹਾਂ, ਅਸੀਂ 600 ਯੂਨਿਟ ਤੱਕ ਹਰ ਘਰ ਦੇ ਵਿੱਚ ਜਿਹੜੀ ਆ ਬਿਜਲੀ ਫ੍ਰੀ ਕੀਤੀ ਆ। ਸੋ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਲੋਕ ਇਹੋ ਜਿਹੜੇ ਜਿਹੜੀ ਬਿਜਲੀ ਫਜ਼ੂਲ ਵਰਤੀ ਜਾਂਦੀ ਆ ਜਾਂ ਗਲਤ ਢੰਗ ਤਰੀਕੇ ਨਾਲ ਵਰਤੀ ਜਾਂਦੀ ਆ, ਉਹਦੇ ਤੋਂ ਗੁਰੇਜ਼ ਕਰਨ, ਔਰ ਜੋ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਬਸ ਅਸੀਂ ਜਲਦੀ ਉਹਦੇ 'ਤੇ ਪੂਰਾ ਕੰਮ ਚੱਲ ਰਿਹਾ, ਉਹ ਅਸੀਂ ਜਲਦੀ ਜਿਹੜਾ ਉਹਦੇ ਨਾਲ ਹਾਈਡਰੋ ਜਿਹੜਾ ਬਿਜਲੀ ਅਸੀਂ ਮੁਹੱਈਆ ਕਰਾਂਗੇ। 206 ਮੈਗਾਵਾਟ ਦਾ ਸਾਡਾ ਇਹ ਪ੍ਰੋਜੈਕਟ ਆ, ਉਹਦੇ ਨਾਲ ਬਿਜਲੀ ਸਪਲਾਈ ਹੋਰ ਵੀ ਵਧੀਆ ਪੰਜਾਬ ਦੇ ਵਿੱਚ। ਮੰਤਰੀ ਮਾਨਯੋਗ ਗਜਿੰਦਰ ਸ਼ੇਖਾਵਤ ਜੀ ਨਾਲ ਡਿਟੇਲ ਦੇ ਵਿੱਚ ਮੀਟਿੰਗ ਹੋਈ ਹੈ। ਪੰਜਾਬ ਦਾ ਜਿਹੜਾ ਪਾਣੀ ਹੈ ਉਹ ਪੋਲੂਟਡ ਹੋ ਗਿਆ, ਪ੍ਰਦੂਸ਼ਿਤ ਹੋ ਗਿਆ, ਗੰਧਲਾ ਹੋ ਗਿਆ। ਕਿਵੇਂ ਉਸ ਪਾਣੀ ਨੂੰ ਬਚਾਇਆ ਜਾਵੇ, ਭਾਵੇਂ ਉਹ ਸਤਲੁਜ ਹੈ, ਭਾਵੇਂ ਉਹ ਅਪਰ ਦੁਆਬ ਦਾ ਪਾਣੀ ਹੈ, ਭਾਵੇਂ ਰਾਵੀ ਹੈ ਜਿੰਨੀ ਸਾਡੇ ਪੰਜਾਬ ਦੇ ਵਿੱਚ ਹੈ, ਭਾਵੇਂ ਉਹ ਬਿਆਸ ਹੈ ਅਤੇ ਬੁੱਢਾ ਨਾਲ। ਬਹੁਤ ਵਿਸਤਾਰ ਸਹਿਤ ਗੱਲ ਹੋਈ। ਬੁੱਢਾ ਨਾਲਾ ਜਿਹੜਾ ਪ੍ਰੋਜੈਕਟ ਹੈ ਉਹਨੂੰ ਸਾਫ਼ ਕਰਨ ਦਾ, ਉਹਦੇ ਲਈ 650 ਕਰੋੜ ਰੁਪਇਆ ਸਾਡੀ ਸਰਕਾਰ ਨੇ ਰੱਖਿਆ। ਮੰਤਰੀ ਸਾਹਿਬ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਵੀ ਆਪਣਾ ਹਿੱਸਾ ਪਾਵਾਂਗੇ, ਕਿਉਂਕਿ ਇਹ ਜਿਹੜਾ ਪਾਣੀ ਹੈ, ਇਹ ਜਿਹੜਾ ਪ੍ਰਦੂਸ਼ਿਤ ਪਾਣੀ ਹੈ ਲੁਧਿਆਣੇ ਸਤਲੁਜ ਦੇ ਵਿੱਚ ਪੈਂਦਾ,
वो राजस्थान तक जाता है। तो मंत्री साहब क्योंकि राजस्थान नूं बिलोंग करते हैं तो उन्होंने भी जिहड़े जनप्रतिनिधि ने उन्होंने भी शिकायत आउंदियां होणगियां। सो ये कल्ला पंजाब का नहीं नाल साडे राजस्थान का ही मुद्दा है। उहदे आले दुआले जिहड़ियां डेरियां ने उहदा भी सारा जिहड़ा पोल्यूटेड पानी है चाहे वह गोबर है वह भी सारा बिच ही जाता है। सो ये बारे डिटेल दे विच गल होई और मंत्री साहब ने कहा कि जे तुहाडी इच्छा इन्नी ज़्यादा वधिया है कि तुसी पानी नूं साफ करना चाहुंदे हो तो साडे लई भी वधिया तां उह सेंटर वल्लों हर संभव मदद करनगे। इस तों इलावा जिहड़ा उही सतलुज जिहदा आस्था नाल भी जुड़दा नाम 13 अप्रैल 1699 नूं उसे सतलुज का पानी लैके गुरु गोबिंद सिंह जी ने अमृत जिहड़ा सी उह बनाया सी जो खालसा साजिया सी ते उही सतलुज अज लुधियाने तक आउंदे आउंदे कैंसर की फैक्टरी बन जाता है, कैंसर का दरिया बन जाता है, हैपेटाइटिस सी ते होर किस्म दीआं बीमारियां जिहड़ियां लोकां नूं लगदियां उहदे बारे विचार करदा होया। सरहदी एरिए दे विच पानी जिहड़ा है वो काफ़ी नीचे चला गया, खराब है, वो बारे विचार वटांदरा होया और उन्होंने कहा कि दोनों सरकार के जो सैकटरी ने वो फ्रीकुएंटली आपस के विजिट करे। 150 जोन ने पंजाब के पानी के वो जो 117 डार्क जोन बन गए जेडे 33 बचे ने वो भी खारा पानी है, सेम का पानी है, फाजिलका का, मुक्तसर का। सो इस करके पानी नूं स्वच्छ रखना, साफ रखना ये साडी जिम्मेवारी भी है, साडा फर्ज भी है आने वाली पीढ़ियों नूं। असी जे पानी भी ना छड्ड के गए तो इस तों वड्डी मेरे ख्याल कोई लानत नहीं होनी। नाल नाल साडा जिहड़ा कनाल सिस्टम है इंडिया का सब तो पुराना नहरी सिस्टम पंजाब कोल है, वो बहुत पुराना हो गया, वो वरतों के काबिल नहीं रहा। ये वास्ते भी असी मंत्री साहब नूं अज ये कहा कि असी ऑलरेडी तुहानूं ये प्रपोजल भेज चुके हैं, सानू मदद करो, असी दोबारा अपनियां नदियां नहरां कस्सियां नाले चला सकीए, ज़्यादा तो ज़्यादा असी जिहड़ा दरियावां दा पानी वरतीए अपनी फसलां च ताकि धरती दे थल्लों पानी कढ़न दे विच कमी आ। सो बहुत इंपोर्टेंट, बहुत लोगों की सेहत नाल जुड़िया हुआ मुद्दा है ते पंजाब जिहदा नाम ही पानिया पे है पंजाब, जे उहदे विच ही पानी पीण नूं नहीं हैगा, उहदे विच पानी धरती च नहीं हैगा तां फिर मेरे ख्याल च जिहड़ियां लोकां ने जिम्मेदारियां दित्तियां ने फिर असीं किसे ना किसे कोताही कर रहे हां। SYL नूं लैके कोई गल हुई नहीं? SYL नूं लैके डीसिल्टिंग एक बड़ा वड्डा मुद्दा रहा कि डीसिल्ट कीते जाण जिहड़े चाक डैम ने या नदियां ने, नहीं उहदे बारे कोई गल नहीं हुई। असीं सिर्फ ग्राउंड लैवल वाटर नदियां दा नहरां दा कस्सियां नालियां दा पानी ते बुढ़े नाले नूं बिल्कुल साफ करन दे प्रोजेक्ट दी गल। भाई AG साहब दा इस्तीफा होया उस नूं लैके बड़ियां गल्लां, ओह साडी टीम दे मैंबर ने, प्रशासन दे विच फेरबदल हुंदे रहिंदे ने, उहनां दा जिहड़ा कानूनी तजुर्बा है उहनूं वरते रहवां। हरी ਜੀ ਸਟੀਫ ਨੇ ਇਨਕਰੋਚਮੈਂਟ ਦਾ ਕਾਫੀ ਰੌਲਾ ਹੈਗਾ, ਤੁਸੀਂ ਲੰਘ ਕੇ ਆਏ ਹੋਣੇ ਆ, ਨਜਾਇਜ਼ ਕਬਜ਼ੇ ਬਹੁਤ ਕੀਤੇ ਹੋਏ ਨੇ, ਦੁਕਾਨਦਾਰਾਂ ਨੇ ਬਹੁਤ ਕੀਤੇ ਨੇ, ਜਿੱਥੋਂ ਸੰਗਤ ਨੇ ਲੰਘਣਾ ਹੁੰਦਾ ਬਹੁਤ ਦਿੱਕਤ ਆਉਂਦੀ ਹੈ, ਇਸ ਤੇ ਵੀ ਸਭ ਤੋਂ ਲੱਗੀ ਕਹਿੰਦੇ ਨੇ। ਦੇਖੋ ਜਿੰਨੀਆਂ ਵੀ ਹੁਣ ਸਾਰੀਆਂ ਹਰ ਇੱਕ ਚੀਜ਼ ਦਾ ਮਾਇਨਾ ਕਰਦੇ ਆ, ਜਿੱਥੇ ਕਿਤੇ ਕੋਈ ਕਮੀ ਹੈ ਜਾਂ ਕੋਈ ਇਸ ਤਰੀਕੇ ਦਾ ਜਿਵੇਂ ਤੁਸੀਂ ਦੱਸਿਆ ਵੀ ਕੋਈ ਕਬਜ਼ੇ ਅਧੀਨ ਆ, ਉਸ ਚੀਜ਼ ਉੱਤੇ ਜਿਹੜਾ ਐਕਸ਼ਨ ਲਵਾਂਗੇ। ਹਰ ਇੱਕ ਚੀਜ਼ ਨੂੰ ਪ੍ਰੋਪਰ ਮੈਂ ਦੇਖਦੀ ਆ ਰਹੀ ਸੀ, ਜਿੱਥੇ ਜਿੱਥੇ ਕਮੀ ਲੱਗ ਰਹੀ ਹੈ, ਕੋਈ ਮੇਨਟੇਨ ਦੀ ਕਮੀ ਆ ਜਾਂ ਕੋਈ ਹੋਰ ਤਰੀਕੇ ਦਾ, ਉਹ ਸਾਰਾ ਕੁਝ ਹਰ ਇੱਕ ਚੀਜ਼ ਨੂੰ ਬਿਹਤਰੀਨ ਕਰਾਂਗੇ। ਮੈਡਮ ਵਿਰਾਸਤ ਨਾਲ ਤੁਸੀਂ ਗੱਲ ਕੀਤੀ ਹੈ, ਕੱਲ ਇੱਥੇ ਮੰਗ ਪੱਤਰ ਸਿਮਰਨਜੀਤ ਸਿੰਘ ਮਾਨ ਨਾਲ ਦਿੱਤਾ ਗਿਆ ਕਿ ਭਗਵੰਤ ਸਿੰਘ ਭਗਤ ਸਿੰਘ ਦੀ ਤਸਵੀਰ ਉਤਾਰੀ ਜਾਏ ਇੱਥੋਂ ਦੀ, ਕਿਉਂਕਿ ਭਗਤ ਸਿੰਘ ਇੱਕ ਨਾਸਤਿਕ ਸੀਗਾ। ਨਹੀਂ ਜੀ, ਇਹ ਇਹ ਇੱਕ ਉਹਨਾਂ ਦੀ ਸੋਚ ਆ, ਸਾਡੇ ਵਜੋਂ ਨਹੀਂ ਸੀ। ਅਸੀਂ ਤਾਂ ਮਾਨਣਾ ਹਮੇਸ਼ਾ ਹੀ ਕਹਿੰਦੇ ਹਾਂ ਕਿ ਭਗਤ ਸਿੰਘ ਸਾਡਾ ਆਦਰਸ਼ ਸੀਗੇ, ਵੱਡੇ ਵੀਰ ਸੀਗੇ, ਜਿਨ੍ਹਾਂ ਨੇ ਆਜ਼ਾਦੀ ਦੀ ਖਾਤਰ ਲੜਿਆ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਲੜਿਆ, ਅਤੇ ਜਿਹੜੇ ਸਾਡੇ ਪੰਜਾਬ ਦਾ ਮਾਣ ਨੇ। ਅਤੇ ਹੋਰ ਇੱਥੇ ਜਦੋਂ ਗੋਰੇ ਆਏ ਸੀਗੇ ਉਹ ਸਾਨੂੰ ਆਜ਼ਾਦੀ ਦਿਵਾਉਣ ਤਾਂ ਨਹੀਂ ਆਏ ਸੀ,
ਜਿਨ੍ਹਾਂ ਨੂੰ ਗੋਲੀਆਂ ਵੀ ਮਾਰੀਆਂ ਗਈਆਂ ਸੀ ਉਹ ਕਿਹੜਾ ਸਾਨੂੰ ਇੱਥੇ ਆਜ਼ਾਦੀ ਦਿਵਾਉਣ ਆਏ ਸੀ ਸਾਨੂੰ ਗੁਲਾਮ ਬਣਾਇਆ ਹੋਇਆ ਸੀ ਸਾਡੇ ਲੋਕਾਂ ਤੋਂ ਲਗਾਨ ਵਸੂਲਦੇ ਸੀ ਹੋਰ ਆਪਾਂ ਉਹਨਾਂ ਦੇ ਫੁੱਲਾਂ ਵਾਲੇ ਹਾਰ ਨਹੀਂ ਪਰ ਤੁਹਾਡੀ ਸੋਚ ਨਾਲ ਸਹਿਮਤ ਆ ਪਰ ਉਹ ਕਹਿ ਰਹੇ ਨੇ ਭਗਤ ਸਿੰਘ ਜਿਹੜੇ ਨੇ ਉਹ ਇੱਕ ਫਾਸੀਵਾਦੀ ਬੰਦਾ ਸੀ ਉਹਨਾਂ ਦੇ ਜੋ ਕਹਿ ਰਹੇ ਉਹਨਾਂ ਨੂੰ ਸਾਰੇ ਪੰਜਾਬ ਨੇ ਜਵਾਬ ਦਿੱਤਾ ਜੀ ਉਹਨਾਂ ਦੀ ਜੋ ਸੋਚ ਆ ਉਹ ਹਰ ਬੰਦਾ ਬੋਲ ਰਿਹਾ ਮੇਰੀ ਸੋਚ ਆ ਮੈਂ ਤੁਹਾਨੂੰ ਦੱਸਦਾ ਸੋ ਉਹ ਕਹਿ ਰਹੇ ਨੇ ਮੈਂ ਉਹਨਾਂ ਦੇ ਸ਼ਬਦਾਂ ਨੂੰ ਕੀ ਕਹਿ ਸਕਦੀ ਹਾਂ ਮੈਂ ਤੁਹਾਨੂੰ ਦੇਖੋ ਆਪਾਂ ਇੱਥੇ ਬੜੀ ਪਵਿੱਤਰ ਧਰਤੀ ਤੇ ਖੜੇ ਆ ਇਹੋ ਜਿਹੇ ਇੱਕ ਤੋਂ ਇੱਕ ਪੋਲੀਟੀਕਲ ਕੁਐਸਚਨ ਕਰਨੇ ਮੈਨੂੰ ਲੱਗਦਾ ਨਹੀਂ ਵੀ ਉਹਦੇ ਜਵਾਬ ਦੇਣੇ ਮੈਂ ਬਿਹਤਰ ਸਮਝਦੀ ਹਾਂ ਬੜੀ ਸ਼ਾਂਤੀ ਵਾਲੀ ਧਰਤੀ ਹੈ ਅਤੇ ਆਪਾਂ ਇੱਥੇ ਇਹਨੂੰ ਵਿਕਸਿਤ ਕਰਨ ਦੀ ਇਹਨੂੰ ਦੁਨੀਆ ਭਰ ਦੇ ਵਿੱਚ ਪ੍ਰਫੁੱਲਤ ਕਿਵੇਂ ਹੋਰ ਹਰ ਕੋਨੇ ਕੋਨੇ 'ਚ ਸਾਡੇ ਮਹੱਤਤਾ ਦੱਸਣ ਦੀ ਸਾਰਾ ਕੁਛ ਕਰ ਰਹੇ ਆ ਜੀ ਸਾਰਾ ਕੁਛ ਕਰ ਰਹੇ ਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਕੋਈ ਕਮੀ ਆ ਰਹੀ ਹੈ ਜਾਂ ਤਨਖਾਹ ਘੱਟ ਆ ਹਰ ਇੱਕ ਚੀਜ਼ ਸਰ ਮੈਂ ਤੁਹਾਨੂੰ ਹੁਣੀ ਤਾਂ ਐਕਸਪਲੇਨ ਕੀਤਾ ਸੀ ਕਿ ਦੇਖੋ ਜਿੰਨੀਆਂ ਇਕੱਲੀ ਮੁਹੱਲਾ ਕਲੀਨਿਕ ਨਹੀਂ ਆਮ ਆਦਮੀ ਕਲੀਨਿਕ ਨਹੀਂ ਜਿੰਨੇ ਵੀ ਹੋਸਪਿਟਲ ਨੇ ਜਿੰਨੀ ਮੈਡੀਸਨ ਦੀ ਰਿਕੁਆਇਰਮੈਂਟ ਆ ਉਹ ਸਾਰੀ ਪੂਰੀ ਕੀਤੀ ਜਾਊਗੀ ਕੋਈ ਕਿਸੇ 'ਤੇ ਕੋਈ ਬੰਦਿਸ਼ ਨਹੀਂ ਹੋਊਗੀ ਜਿਵੇਂ ਵੀ ਕਿਸੇ ਦੀ ਕੋਈ ਲੱਗਦਾ ਮੈਡੀਸਨ ਖਤਮ ਹੋਣ ਵਾਲੀ ਉਹ ਜਿਵੇਂ ਵੀ ਸਾਨੂੰ ਭੇਜਣਗੇ ਉਹ ਨਾਲ ਦੀ ਨਾਲ ਅਵੇਲੇਬਲ ਨਹੀਂ ਜਾਊਗੀ ਸਾਰੀ ਪਹੁੰਚੂਗੀ ਨਾ ਜਾਣ ਦਾ ਕੋਈ ਮਤਲਬ ਨਹੀਂ ਨਹੀਂ ਇਹ ਤਾਂ ਤੁਸੀਂ ਦੱਸੋ ਵੀ 18 ਲੱਖ ਰੁਪਇਆ ਕੋਈ ਪੇਂਟ ਮਾਰਨ ਲੱਗ ਸਕਦਾ ਤੁਸੀਂ ਆਪ ਹੀ ਦੱਸ ਸਕਦੇ ਇਹ ਤੁਸੀਂ ਆਪ ਜਾ ਕੇ ਦੇਖੋ ਵੀ ਉੱਥੇ ਕੀ ਹੋ ਰਿਹਾ ਕੀ ਕੁਛ ਹੋ ਰਿਹਾ ਨਹੀਂ ਸਰ ਦੇਖੋ ਮੈਨੂੰ ਅਮਾਊਂਟ ਦਾ ਪ੍ਰੋਪਰ ਨਹੀਂ ਪਤਾ ਪਰ ਇਹ ਹੈ ਵੀ ਉਹਦੀ ਬਹੁਤ ਜ਼ਿਆਦਾ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਉਹ ਖੰਡਰ ਬਣ ਚੁੱਕੇ ਸੀ ਜਿਹੜੇ ਆਪਣਾ ਸੇਵਾ ਕੇਂਦਰ ਸੀਗੇ ਉਹਨਾਂ 'ਤੇ ਪੈਸਾ ਮੰਗਦੇ ਸੀ ਉਹ ਜਿੰਨਾ ਕੋਈ ਇਹ ਨਹੀਂ ਹੈ ਕੋਈ ਕਿਸੇ ਨੂੰ ਜੇਬ 'ਚ ਨਹੀਂ ਪਾਉਣ ਦੇਵਾਂਗੇ ਜੋ ਨਹੀਂ ਉਹਨਾਂ ਨੇ ਸੇਵਾ ਕੇਂਦਰ ਉਹ ਤਾਂ ਬਿਲਕੁਲ ਖਤਮ ਹੋ ਗਏ ਸੀ ਅਸੀਂ ਤਾਂ ਉਹਨਾਂ 'ਚ ਜਾਨ ਪਾਈਆ ਜੇ ਤੁਹਾਨੂੰ ਪਤਾ ਹੋਵੇ ਕਰੋੜਾਂ ਰੁਪਈਆ ਤਾਂ ਬਿਜਲੀ ਦੇ ਬਿੱਲ ਬਕਾਇਆ ਪੈਂਡਿੰਗ ਖੜੇ ਨੇ ਹੋਰ ਵੀ ਪਤਾ ਨਹੀਂ ਉੱਥੇ ਪਾਥੀਆਂ ਜਾ ਰਹੀਆਂ ਨੇ ਸੋ ਅਸੀਂ ਤਾਂ ਉਹਨਾਂ ਨੂੰ ਸਗੋਂ ਪੰਜਾਬ ਸਰਕਾਰ ਦੀ ਇੱਕ ਉਸ ਨੂੰ ਪ੍ਰੋਪਰਟੀ ਨੂੰ ਇਸ ਤਾਂ ਜੂਝ ਕਰਨ ਵਾਸਤੇ ਲੈ ਕੇ ਆ ਖਰਚਾ ਹੋ ਗਿਆ ਨਾ ਰੰਗ ਰੋਗਨ ਤੇ ਜਾਂ ਕੁਛ ਹੋਰ ਸਫਾਈ ਤੇ ਹੋ ਰਿਹਾ ਉਹ ਅਮਾਊਂਟ ਬਹੁਤ ਜ਼ਿਆਦਾ ਹੈ ਉਹਦੇ ਉੱਪਰ ਤੁਹਾਡੇ ਜਿਹੜੇ ਰਾਜਸੀ ਵਿਰੋਧੀ ਆ ਉਹ ਸਵਾਲ ਖੜੇ ਕਰ ਰਹੇ ਨੇ ਵਿਰੋਧੀ ਪਾਰਟੀਆਂ ਨੇ ਚੀਕਾਂ ਮਾਰਨੀਆਂ ਹੁੰਦੀਆਂ ਨੇ ਇਹ ਹੋ ਗਿਆ ਉਹ ਜੇ ਉਹਨਾਂ ਨੇ ਕੁਛ ਕੀਤਾ ਹੁੰਦਾ ਤਾਂ ਸਾਨੂੰ ਕੀ ਲੋੜ ਸੀ ਆ ਇੱਥੇ ਸਿਹਤ ਮੰਤਰੀ ਮੈਂ ਸਿਹਤ ਮੰਤਰੀ ਬਣ ਸਕਦਾ ਸੀ ਮੈਂ MLA ਬਣ ਸਕਦਾ ਸੀ ਉਹਨਾਂ ਦੀਆਂ ਨਲੈਕੀਆਂ ਕਾਰਨ ਉਹਨਾਂ ਨੇ ਕੰਮ ਨਹੀਂ ਕੀਤੇ ਲੋਕਾਂ ਦੀ ਸੁਣਵਾਈ ਨਹੀਂ ਕੀਤੀ ਤਾਂ ਕਰਕੇ ਆਮ ਆਦਮੀ ਪਾਰਟੀ ਹੁੰਦ ਚਾਹੀ ਆ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਸਲੀਕੇ ਨਾਲ ਦੇਵਾਂਗੇ ਇਹ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਔਰ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦਾ ਸੁਪਨਾ ਇਹ ਸੁਪਨੇ ਨੂੰ ਅਸੀਂ ਪੂਰਾ ਕਰਕੇ ਰਹਿ ਧੰਨਵਾਦ ਸਰ ਇਹ ਵੀ ਤੁਸੀਂ ਇਹਦੇ ਡੀਪਲੀ ਜਾਓਗੇ ਨਾ ਇਹ ਹਾਂ ਸਰ ਇੱਕ ਮਿੰਟ ਜੋ ਸਾਡੇ ਪਿਛਲੇ ਮੁੱਖ ਮੰਤਰੀ ਸਾਹਿਬ ਸੀਗੇ
ਉਹਨਾਂ ਨੇ ਬਿਨਾਂ ਜਾਂਚੇ ਪੜਤਾਲੇ ਆਪਦੇ ਲੋਕਾਂ ਨੂੰ ਇਹਦਾ ਸਰ ਜਿਵੇਂ ਜਿਵੇਂ ਵੀ ਸਾਨੂੰ ਰਿਕਿਓਰ ਸਾਨੂੰ ਲੋੜ ਪਊਗੀ ਉਹਨੇ ਅਸੀਂ ਭਰਤੀ ਆ ਸਾਰੀ ਜਿਹੜੀ ਕਰਾਂਗੇ ਉਹ ਚਾਹੇ ਨਰਸਾਂ ਹੋਣ ਜਾਂ ਡਾਕਟਰ ਹੋਣ ਸਾਰੇ ਪੂਰੇ ਕਰਾਂਗੇ ਅਪਲਾਈ ਕਰ ਰਿਹਾ ਉਹ ਤੋਂ ਸੰਤੁਸ਼ਟ ਨੇ ਉਹ ਸੰਤੁਸ਼ਟ ਨੇ ਉਹ ਸੰਤੁਸ਼ਟ ਨੇ ਕਿਵੇਂ ਜੀ ਸਰ